ਏ ਕਿਦਾਂ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਬਾਈ ਦੇ ਰੀਬਰਥ ਗਾਣਾ ਹੁੰਦੇ 3 ਵਰੀਆਂ ਓਰੇ ਬਾਬਾ ਸਿੱਧੂ ਮੂਸੇ ਵਾਲਾ ਐਕਸ ਦਾ ਕਿਡ ਦਾ Song ਵੀ ਆਣਾ ਉਹਦੀ ਵੀ ਗੱਲਬਾਤ ਕਰਾਂਗੇ ਨਾਲ ਸ਼ੁਭ ਦੀ ਐਲਬਮ ਜੀ ਸ਼ੁਭ ਆਦੇ ਕੈਰੀਅਰ ਤੋਂ ਪਹਿਲੇ ਕੀ ਕੁਝ ਕਰਦੇ ਸੀ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਡਿਸਕਸ ਕਰ ਲਾਂਗੇ ਸੋ ਚਲਿਏ ਸ਼ੁਰੂ ਕਰਦੇ ਹਾਂ ਸੋ ਅੱਜ ਦੀ ਵੀਡੀਓ ਦੀ ਸ਼ੁਰੂਆਤ ਆਪਾਂ ਸਿੱਧੂ ਬਾਈ ਦੀ ਤਰ੍ਹਾਂ ਉਹਨਾਂ ਦੇ ਸੋਹਾਈ ਗਾਣੇ ਦੀ ਸ਼ੁਰੂਆਤ ਤੋਂ ਕਰਾਂਗੇ ਜਿਹੜੀ ਜਗ੍ਹਾ ਤੋਂ ਸਿੱਧੂ ਮੂਸੇ ਵਾਲੇ ਬਾਈ ਦੀ ਕੈਰੀਅਰ ਦੀ ਸ਼ੁਰੂਆਤ ਹੋਈ ਸੀ ਵੈਲ ਡਨ ਸੋ ਇੱਕ ਕਲਿੱਪ ਲੱਭੀ ਜਿੱਦੇ ਸਿੱਧੂ ਮੂਸੇ ਵਾਲੇ ਬਾਈ ਸਟੂਡੀਓ 'ਚ ਬੈਠੇ ਨੇ ਸੋਹਾਈ ਗਾਣੇ ਦੀ ਰਿਕਾਰਡਿੰਗਸ ਤੇ ਉਹਨਾਂ ਦੇ ਸਟੂਡੀਓ ਸੈਸ਼ਨ ਚੱਲ ਰਹੇ ਨੇ ਤੇ ਉਹ ਲੈਜੈਂਡਰੀ ਗਾਣਾ ਤਿਆਰ ਹੋ ਰਿਹਾ ਸੀ ਸਿੱਧੂ ਬਾਈ ਦੇ ਸਟਰਗਲ ਦੇ ਦਿਨਾਂ ਦੀ ਇਹ ਵੀਡੀਓ ਹੈ ਤੁਸੀਂ ਵੀ ਸਾਰੇ ਵੀਡੀਓ ਵੇਖੋ सिद्धू मूसे वाले प्रोफेसी दी सोहने लगदे ट्रैक नूं यूट्यूब ते 200 मिलियन प्लस व्यूज कंप्लीट हो गए ने ਹੁਣ ਵਿਊਜ਼ ਤੇ ਸਟ੍ਰੀਮਸ ਦੀ ਗੱਲ ਹੋ ਰਹੀ ਤਾਂ ਆਪਾਂ ਸ਼ੁਭ ਦੀ ਗੱਲ ਕਰ ਲਈਏ ਤੇ ਰੀਸੈਂਟਲੀ ਸ਼ੁਭ ਦੀ ਨੋ ਲਵ ਟ੍ਰੈਕ Spotify ਤੇ 400 ਮਿਲੀਅਨ ਪਲੱਸ Spotify ਸਟ੍ਰੀਮਸ ਕ੍ਰਾਸ ਕਰ ਗਈ ਹੈ ਇਹਦੇ ਨਾਲ ਇਹ ਟ੍ਰੈਕ ਸੈਕਿੰਡ ਮੋਸਟ ਸਟ੍ਰੀਮਡ ਪੰਜਾਬੀ Song ਬਣ ਗਿਆ Spotify ਤੇ ਵਾਓ ਤੇ ਅਗਰ ਕੋਈ ਇੰਡੀਪੈਂਡੈਂਟ ਸੋਲੋ ਆਰਟਿਸਟ ਦੀ ਗੱਲ ਕਰੀਏ ਤਾਂ ਫਿਰ ਇਹ ਨੰਬਰ 1 ਗਾਣਾ ਬਣਦਾ ਹੈ ਪਹਿਲੀ ਮੱਲੀ ਬੈਠਾ ਥਾ ਨੰਬਰ 1 ਤੇ ਐਕਸਕਿਊਜ਼ਸ ਟ੍ਰੈਕ ਜੋ ਕਿ ਏਪੀ ਢਿੱਲੋਂ ਤੇ ਗੁਰਿੰਦਰ ਗਿੱਲ ਦੀ ਸੀ ਹੁੰਦੀ ਸੀ ਮਜ਼ੇ ਦੀ ਗੱਲ ਹੈ ਕਿ ਦੋਨੋਂ ਟ੍ਰੈਕ ਸੈਡ ਹੈਗੀਆਂ ਨੇ ਇਦਾਂ ਨਹੀਂ ਚੱਲਦੇ ਪਿਆਰ ਸੋਹਣੀਏ ਪੰਜਾਬੀਆਂ ਨੂੰ ਪਤਾ ਨਹੀਂ ਕਿਹੜੇ ਰੋਗ ਲੱਗੇ ਕਿ ਉਹਨਾਂ ਨੇ ਦੋ ਸੈਡ ਗਾਣੇ ਨੂੰ ਨੰਬਰ 1 ਤੇ 2 ਤੇ ਕਰਤਾ ਹੁਣ ਆਪਾਂ ਰਾਇਨ ਟੈਲਰ ਤੇ ਸਿੱਧੂ ਮੂਸੇ ਵਾਲੇ ਬਾਈ ਦੀ ਗੱਲ ਕਰ ਰਹੇ ਨੇ ਜਿਵੇਂ ਕਿ ਤੁਹਾਡੇ ਚੋਂ ਮੋਸਟ ਲੋਕਾਂ ਨੂੰ ਇਹਦਾ ਪਤਾ ਹੋਣਾ ਹੈ ਮੈਨੂੰ ਕੀ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਕਲੀਅਰ ਕਰਦਾ ਕਿ ਇਹ ਬੰਦਾ ਇਨਫਲੂਐਂਸਰ ਤੇ ਯੂਟਿਊਬਰ ਹੈਗਾ ਇਹਨੂੰ ਸਟੀਲ ਬੈਂਗਲਸ ਇੰਸਟਾਗ੍ਰam ਤੇ ਫਾਲੋ ਕਰਦੇ ਨੇ ਠੀਕ ਸਿੱਧੂ ਮੂਸੇ ਵਾਲੇ ਬਾਈ ਇਹਨੂੰ ਉਹਨਾਂ ਦੇ ਲਾਸਟ ਦੁਬਈ ਟੂਰ ਤੇ ਮਿਲੇ ਸੀ ਰਾਇਨ ਟੈਲਰ ਨੇ ਰੀਸੈਂਟਲੀ ਆਦੇ ਆਫੀਸ਼ੀਅਲ ਇੰਸਟਾਗ੍ਰam ਤੇ ਸਿੱਧੂ ਮੂਸੇ ਵਾਲੇ ਬਾਈ ਨਾਲ ਇੱਕ ਅਨਸੀਨ ਵੀਡੀਓ ਸ਼ੇਅਰ ਕੀਤੀ ਜਿਹਦੇ ਤੇ ਉਹਨੇ ਕੈਪਸ਼ਨ ਚ ਲਿਖਿਆ ਆਈ ਮਿਸ ਯੂ ਬ੍ਰੋ ਦ ਕਿੰਗਸ ਇਨ ਟਾਊਨ ਹੁਣ ਸਿੱਧੂ ਮੂਸੇ ਵਾਲੇ ਬਾਈ ਦੇ ਦੁਬਈ ਟੂਰ ਦੀ ਗੱਲ ਹੋ ਰਹੀ ਤੇ ਆਪਾਂ ਸ਼ੇਰਾ ਦੀ ਤੇ ਸਿੱਧੂ ਮੂਸੇ ਵਾਲੇ ਬਾਈ ਦੀ ਗੱਲ ਕਰ ਲਈਏ ਅਬ ਇਹ ਕੌਣ ਹੈ ਬੇ ਸ਼ੇਰਾ ਨੂੰ ਤੇ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਕਲੀਅਰ ਕਰ ਦੇ ਇਹ ਸਲਮਾਨ ਖਾਨ ਦਾ ਬੋਡੀਗਾਰਡ ਹੈ ਵਾਓ ਹੁਣ ਇੱਕ ਕਲਿੱਪ ਇੰਸਟਾਗ੍ਰam ਤੇ ਵਾਇਰਲ ਹੋ ਰਹੀ ਜਿਹਦੇ ਚ ਸਲਮਾਨ ਖਾਨ ਦਾ ਬੋਡੀਗਾਰਡ ਸ਼ੇਰਾ ਸਿੱਧੂ ਮੂਸੇ ਵਾਲੇ ਬਾਈ ਨੂੰ ਉਹਨਾਂ ਦੇ ਲਾਸਟ ਕਨਸਰਟ ਤੇ ਮਿਲਿਆ ਵੀ ਸੀ ਹੈਂਡਸ਼ੇਕ ਕੀਤਾ ਨਾਲ ਸਿੱਧੂ ਮੂਸੇ ਵਾਲੇ ਬਾਈ ਦਾ ਕਨਸਰਟ ਵੇਖਣ ਗਿਆ ਸੀ ਸ਼ੇਰਾ ਮੇਬੀ ਸ਼ੇਰਾ ਨੇ ਸਿੱਧੂ ਮੂਸੇ ਵਾਲੇ ਬਾਈ ਨਾਲ ਇਸ ਤੋਂ ਬਾਅਦ ਕੋਈ ਮੀਟਿੰਗ ਕੀਤੀ ਹੋਵੇ ਸਲਮਾਨ ਖਾਨ ਨਾਲ ਮਿਲਣ ਦੇ ਪਲਾਨਸ ਹੋਏ ਹੋਣ ਕੁਝ ਵੀ ਹੋ ਸਕਦਾ ਯਾਰ ਜੋ ਕਿ ਚੀਜ਼ਾਂ ਪੈਂਡਿੰਗ ਰਹਿ ਗਈਆਂ ਕਿਉਂਕਿ ਸਲਮਾਨ ਖਾਨ ਤਾਂ ਸਿੱਧੂ ਬਾਈ ਦਾ ਫੈਨ ਹੈਗਾ ਹੀ ਸੀ ਸਿੱਧੂ ਬਾਈ ਬਾਰੇ ਪੁੱਛਦਾ ਦੱਸਦਾ ਰਹਿੰਦਾ ਸੀ ਸਲਮਾਨ ਮੈਨੂੰ ਸਿੱਧੂ ਮੂਸੇ ਵਾਲੇ ਦੀਆਂ ਗੱਲਾਂ ਹੋਣ ਲੱਗ ਪਈਆਂ ਗਾਣੇ ਗੁਣੇ ਸੁਣਨ ਦੇ ਬੇਸਿਸ ਹੁਣ ਸਿੱਧੂ ਮੂਸੇ ਵਾਲੇ ਬਾਈ ਦੇ ਇੱਕ ਸੈਡ ਰਿਪਲਾਈ ਦੀ ਗੱਲ ਕਰ ਲਈ ਜੋ ਕਿ ਬੜੀ ਰੇਅਰ ਜੀ ਵੀਡੀਓ ਹੈ ਬਹੁਤ ਘੱਟ ਲੋਕਾਂ ਨੇ ਤੁਹਾਡੇ ਚ ਵੇਖੀ ਹੋਏਗੀ ਜਾਂ ਕਹਿ ਲੋ ਕਿ ਅਨਸੀਨ ਜੀ ਵੀਡੀਓ ਹੀ ਹੈਗੀ ਇਹ ਵੀ ਜਿੱਦੇ ਸਿੱਧੂ ਮੂਸੇ ਵਾਲੇ ਬਾਈ ਨੇ ਉਹ ਟਾਈਮ ਤੇ ਰਿਪਲਾਈ ਦਿੱਤਾ ਸੀ ਉਹਨਾਂ ਬੰਦਿਆਂ ਨੂੰ ਜਦੋਂ ਸਿੱਧੂ ਬਾਈ ਦਾ ਵਿਰੋਧ ਚੱਲ ਰਿਹਾ ਸੀ ਕਿ ਸਿੱਧੂ ਬਾਈ ਤੇ 295 ਐਕਟ ਵੀ ਲੱਗਿਆ ਸੀ ਇਹ ਉਹਨਾਂ ਦਿਨਾਂ ਦਾ ਰਿਪਲਾਈ ਜਦੋਂ ਲੋਕ ਸਿੱਧੂ ਮੂਸੇ ਵਾਲੇ ਬਾਈ ਦੇ ਘਰ ਜਾ ਕੇ ਉਹਨਾਂ ਦੀ ਮਾਤਾ ਜੀ ਨੂੰ ਤੰਗ ਕਰਦੇ ਸੀ ਸਿੱਧੂ ਬਾਈ ਉਹਨਾਂ ਬੰਦਿਆਂ ਨੂੰ ਕੁਝ ਇਸ ਤਰੀਕੇ ਨਾਲ ਰਿਪਲਾਈ ਦੇ ਰਹੇ ਨੇ ਇਹ ਵੀਡੀਓ ਦੇ ਵਿੱਚ ਜੋ ਕਰਨਾ ਕਰੋ ਵਿਰੋਧ ਕਰਨਾ ਤੁਹਾਡਾ ਹੱਕ ਆ ਕਰੋ ਮੈਂ ਕਹਿੰਦਾ ਮੇਰੇ ਵਿਰੋਧ ਕਰੋ ਮੈਨੂੰ ਕੋਈ ਪ੍ਰੋਬਲਮ ਨਹੀਂ ਕੋਈ ਬੰਦਾ ਕਿਉਂ ਨਾ ਲੈ ਕੇ ਮੇਰੇ ਘਰੇ ਚਲਾ ਗਿਆ ਮੇਰੀ ਮਾਂ ਨੂੰ ਪੁੱਛਦਾ ਕਹਿੰਦਾ ਲੱਚਰ ਗਈ ਕੀ ਇਹ ਉਹ ਉਹ ਮੇਰੀ ਮਾਂ ਤਾਂ ਵਿਚਾਰੀ ਰੋਟੀ ਪਕਾਉਣ ਵਾਲੀ ਉਹਨੂੰ ਕੀ ਪਤਾ ਇੱਥੇ ਖੜਾ ਮੈਥੋਂ ਕੁਝ ਦਿਲ ਦਾ ਨਹੀਂ ਮਾੜਾ ਸਿੱਧੂ ਦਿਲ ਦਾ ਨਹੀਂ ਮਾੜਾ ਆਪਾਂ ਨਵਾਂ ਸੁਣਨ ਤੋਂ ਪ੍ਰੇਮ ਢਿੱਲੋਂ ਦੀ ਗੱਲ ਕਰ ਰਹੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਰੀਸੈਂਟਲੀ ਪ੍ਰੇਮ ਢਿੱਲੋਂ ਨੇ ਆਦੀ ਪੂਰੀ EP ਰਿਲੀਜ਼ ਕੀਤੀ 4 ਦਾ ਗੈਂਗ ਜਿਹਦੇ ਚ ਨਵਾਂ ਸੰਧੂ ਤੇ ਸਬ ਲਿਮਿਨਲਸ ਲੈ ਰਹੇ ਨੇ ਉਹਦੇ ਚੱਲਦੇ ਨਵਾਂ ਸੰਧੂ ਨੇ ਆਦਾ ਨੈਕਸਟ ਪ੍ਰੋਜੈਕਟ ਅਨਾਉਂਸ ਕਰਤੇ ਨੇ ਇੰਸਟਾਗ੍ਰam ਤੇ ਸਟੋਰੀਆਂ ਤੇ ਪੋਸਟਾਂ ਪਾਉਂਦੇ ਆ ਜਿਹਦੇ ਜਾਬਾ ਸਾਫ ਹੀ ਵੇਖ ਸਕਨੇ ਕਿ ਨਵਾਂ ਸੰਧੂ ਇੱਥੇ ਸੈਟਿੰਗ ਦੀ ਇਮੋਜੀਆਂ ਲਾ ਰਿਹਾ ਕਿ ਤੇਰੀ ਸੈਟਿੰਗ ਕਰਨੀ ਨਾਲ ਉਹਨੇ ਅੱਗੇ ਇੱਕ ਸਟੋਰੀ ਪਾ ਕੇ ਲਿਖਿਆ ਰੈਡੀ ਜਿੱਤੋਂ ਕਿ ਅੰਦਾਜ਼ਾ ਹੁੰਦਾ ਕਿ ਉਹ EP ਜਾਂ ਐਲਬਮ ਦੀ ਜਾਂ ਕਿਸੇ ਸੋਲੋ ਪ੍ਰੋਜੈਕਟ ਦੀ ਅਨਾਉਂਸਮੈਂਟ ਕਰ ਰਹੇ ਨੇ ਗਜਬ ਸੁਣ ਵੇਖਣੇ ਕਿ ਇਹ ਮਾਜਾ ਦਾ ਪਤੰਦਰ ਕੀ ਕਰਦਾ ਹੈ ਉਹ ਪੰਜਾਬੀ ਗੱਲਾਂ ਹੋ ਗਈ ਆਪਾਂ ਥੋੜੀ ਜਿਹੀ DHH ਦੀਆਂ ਵੀ ਗੱਲਾਂ ਕਰ ਰਹੇ ਸੀ ਰੀਸੈਂਟ ਦੀ ਬਾਦਸ਼ਾਹ ਨੇ ਇੱਕ ਟਰੈਕ ਕੱਢੀ ਸੀ ਮੋਰਨੀ ਜਿਹਦੇ ਚ ਉਹਨੇ ਹਨੀ ਸਿੰਘ ਨੂੰ ਇਨਡਾਇਰੈਕਟਲੀ ਅਗੇਮ ਟਾਰਗੇਟ ਕਰਕੇ ਗੱਲ ਲਾਈ ਕੋਈ ਬੜੀਆ ਸਾ ਦੁਸ਼ਮਣ ਚਾਹੀਏ ਇਨਕੇ ਬਸ ਕੀ ਬਾਤ ਨਹੀਂ ਕਿਉਂਕਿ ਹਨੀ ਸਿੰਘ ਨੇ ਇੱਕ ਇੰਟਰਵਿਊ ਚ ਕਿਹਾ ਕਿ ਬਾਦਸ਼ਾਹ ਮੇਰੇ ਵਾਸਤੇ ਕਲਾਇੰਟ ਹੈ ਬਾਦਸ਼ਾਹ ਥੇ ਮਾਫੀਆ ਮੁੰਡੀਰ ਮੈਂ ਹੀ ਵਾਸ ਜਸਟ ਅ ਕਲਾਇੰਟ ਫॉर ਮੀ ਇੱਕ ਕਲਾਇੰਟ ਵਾਲੀ ਗੱਲ ਤੇ ਰਫਤਾਰ ਨੇ ਆਦੀ ਨਵੀਂ ਹਾਰਡ ਡਰਾਈਵ ਵਾਲੀਅਮ 2 ਐਲਬਮ ਦੇ ਵਿੱਚ ਕੀ ਨਹੀਂ ਕਹਿ ਬੋਲਾ ਤੂੰ ਮੈਂ ਪਾਗਲ ਵਾਂਗ
ਸੋ ਇਹ ਵਾਲਾ 뮤직 ਇੱਥੇ ਨਹੀਂ ਲਾਣਾ ਚਾਹੀਦਾ ਸੌਰੀ ਰਫਤਾਰ ਦੀ ਹਾਰਡ ਡਰਾਈਵ ਵਾਲੀਅਮ 2 ਦੇ ਵਿੱਚ ਉਹਨੇ ਉਹ ਇੰਟਰਵਿਊ ਕਲਿੱਪ ਦੇ ਰਿਪਲਾਈਜ਼ ਕੁਝ ਐਦਾਂ ਦੀ ਲਾਈਨਸ ਦਿੱਤੀਆਂ ਨੇ ਸੁਣੋ ਤੁਸੀਂ ਇਹ ਜਸਟ ਅ ਕਲਾਇੰਟ ਫੋਰ ਮੀ ਆਪਣੀ ਓਯੋ ਵਾਲੀ ਬੇਬੀ ਹਮੇ ਕਲਾਇੰਟ ਕਹਤੀ ਥੀ ਹੁਣ ਹਨੀ ਸਿੰਘ ਪਾਜੀ ਦੀ ਗੱਲ ਹੋ ਰਹੀ ਤੇ ਜੈਸਮਿਨ ਸੈਂਡਲਰ ਤੇ ਹਨੀ ਸਿੰਘ ਦੀ ਗੱਲ ਕਰ ਰਹੀ ਰੀਸੈਂਟਲੀ ਹਨੀ ਸਿੰਘ ਪਾਜੀ ਨੇ ਨੋਰਾ ਫਤੇਹੀ ਤੇ ਪੈਰਾਡੌਕਸ ਨਾਲ ਆਦੀ ਵਾਇਰਲ ਟਰੈਕ ਰਿਲੀਜ਼ ਕੀਤੀ ਜਿਹਨੂੰ ਜੈਸਮਿਨ ਸੈਂਡਲਰ ਨੇ ਦੀ ਇੰਸਟਾਗ੍ਰam ਤੇ ਸਟੋਰੀ ਲਾ ਕੇ ਸ਼ੇਅਰ ਕੀਤਾ ਹੈ ਤੇ ਨਾਲ ਨਾਲ ਕੋਈ ਗਾਣਾ ਲਾਈਵ ਗਾ ਵੀ ਰਹੀ ਹੈ ਹਰ ਕਦਮ ਤੇਰਾ ਕਰ ਮੁਝੇ ਗਾਇਲ ਹੈ ਅਭੀ ਔਰ ਸੁਣੀਏ ਬੀਟ ਡਰਾ ਤੂੰ ਕਹਿ ਦੇ ਅਗਰ ਠੀਕਾ ਨਹੀਂ ਤੇ ਤੋ ਡੀਐਚ ਦੀ ਅੰਨਿਆ ਗੱਲਾਂ ਬਹੁਤ ਹੋ ਗਈਆਂ ਹੁਣ ਆਪਾਂ ਪੰਜਾਬੀ ਤੇ ਆਣੇ ਆ ਦੁਬਾਰਾ ਠੀਕ ਹੈ ਦਿਲਜੀਤ ਦੋਸਾਂਝ ਪਾਜੀ ਦੀ ਗੱਲ ਕਰਦੇ ਇਰਸ਼ਾਦ ਇਰਸ਼ਾਦ ਦਿਲਜੀਤ ਦੋਸਾਂਝ ਪਾਜੀ ਇੰਡੀਆ ਟੂਰ ਲਾ ਰਹੇ ਨੇ ਇੰਡੀਆ ਟੂਰ 'ਚ ਇੱਕ ਕਪਲ ਨੇ ਔਨ ਦਾ ਸਟੇਜ ਆ ਕੇ ਇੱਕ ਦੂਜੇ ਨੂੰ ਪ੍ਰਪੋਜ਼ ਕੀਤਾ ਹੈ ਦੋਗੇ ਵੀਡੀਓ ਬਹੁਤ ਹੀ ਐਸਥੈਟਿਕ ਤੇ ਰੋਮਾਂਟਿਕ ਜੀ ਲੱਗ ਰਹੀ ਤੇ ਦਿਲਜੀਤ ਦੋਸਾਂਝ ਪਾਜੀ ਵਾਸਤੇ ਬਿਗ ਰਿਸਪੈਕਟ ਤੇ ਉਹਨਾਂ ਨੇ ਆਦੇ ਫੈਨਸ ਨੂੰ ਡਿਸਅਪ ਕਰਨ ਵਾਸਤੇ ਸਟੇਜ ਤੇ ਬੁਲਾਇਆ ਤੇਰੇ ਨਾਲ ਕਿੰਨਾ ਨਵੇਂ ਜ਼ੋਰਦਾਰ ਤਾੜੀਆਂ ਨਾਲ ਲਈ ਇਹਨਾਂ ਨੇ ਪ੍ਰਪੋਜ਼ ਕੀਤਾ ਹੈ ਜ਼ੋਰਦਾਰ ਤਾੜੀਆਂ ਨਾਲ ਤੁਸੀਂ ਇਹ ਵੇਖੋ ਕਿ ਕਾਲੇ ਲੋਕ ਜਿਨ੍ਹਾਂ ਨੂੰ ਪੰਜਾਬੀ ਦਾ ਕੱਖ ਨਹੀਂ ਪਤਾ ਬਟ ਉਹ ਪੰਜਾਬੀ ਗਾਣਿਆਂ ਤੇ ਜਦੋਂ ਲਿਪ ਸਿੰਕ ਕਰਕੇ ਸ਼ੇਅਰ ਕਰਦੇ ਨੇ ਤੇ ਪੰਜਾਬੀਆਂ ਵਾਸਤੇ ਵਾਕਈ ਬਿਗ ਅਚੀਵਮੈਂਟਸ ਤੇ ਮਾਣ ਵਾਲੀ ਗੱਲ ਹੈਗੀ ਕਿ ਹੁਣ ਪੰਜਾਬੀ ਵੀ ਇੰਟਰਨੈਸ਼ਨਲ ਲੈਂਗੁਏਜ ਬਣਦੀ ਜਾ ਰਹੀ ਰੀਸੈਂਟਲੀ ਕਰਨ ਔਜਲਾ ਬਾਈ ਦੀ ਬੇਬੀ ਟਰੈਕ ਰਿਲੀਜ਼ ਕੀਤੀ ਗਈ ਜਿਹਨੂੰ ਕਿਲੀ ਪੋਲ ਨੇ ਲਿਪ ਸਿੰਕ ਕਰਕੇ ਸ਼ੇਅਰ ਕੀਤਾ ਹੁਣ ਆਪਾਂ ਕਰਨ ਔਜਲਾ ਦੀ ਬੇਬੀ ਟਰੈਕ ਦੇ ਵਿੱਚ ਗਰਲ ਨੇ ਜਿਹੜਾ ਰਿਪਲਾਈ ਦਿੱਤਾ ਉਹਦੀ ਗੱਲ ਕਰ ਲਈਏ ਇੱਕ ਕੁੜੀ ਨੇ ਰੀਸੈਂਟਲੀ ਬੇਬੀ ਟਰੈਕ ਦਾ ਫੀਮੇਲ ਵਰਜ਼ਨ ਕੱਢਿਆ ਜਿਹਦੇ ਵਿੱਚ ਉਹਦੀ ਸਾਈਡ ਦੇ ਲਿਰਿਕਸ ਕਰਨ ਔਜਲਾ ਦੇ ਲਿਰਿਕਸ ਦਾ ਇੱਕ ਕਾਈਂਡ ਆਫ ਰਿਪਲਾਈ ਹੈਗਾ ਬਟ ਪੋਜ਼ਿਟਿਵ ਰਿਪਲਾਈ ਵਾਓ ਸੁਣਨ ਵਿੱਚ ਵੀ ਇਹ ਟਰੈਕ ਬਾਰੀ ਕੈਂਟ ਲੱਗਦੀ ਤੁਸੀਂ ਵੀ ਥੋੜੀ ਜਿਹੀ ਸੁਣ ਕੇ ਵੇਖੋ ਲਾ ਕੇ ਜੱਟਾਂ ਦੇ ਮੁੰਡੇ ਨਾ ਯਾਰੀ ਘੁੰਮਦੀ ਮੈਂ ਦੇਖੋ ਹੁਣ ਆਪਾਂ ਸ਼ੁਭ ਦੇ ਅਰਲੀ ਡੇਜ਼ ਦੀ ਗੱਲ ਕਰ ਲਈਏ ਤੇ ਰੀਸੈਂਟਲੀ ਸ਼ਾਰਾ ਜੱਟ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਜਿਹਦੇ ਵਿੱਚ ਉਹ ਦੱਸ ਰਿਹਾ ਕਿ ਸ਼ੁਭ ਪਹਿਲੇ ਕੈਬ ਡਰਾਈਵਰ ਹੁੰਦਾ ਸੀ ਉਬਰ ਕੈਬ ਬੁੱਕ ਕੀਤੀ ਡ੍ਰੌਪ ਕੀਤਾ ਤੇ ਮੈਂ ਮਿਲਿਆ ਵੀ ਤੇ ਉਹ ਡਰਾਈਵਰ ਸ਼ੁਭ ਸੀ ਯਾਨੀ ਕਿ ਕੈਨੇਡਾ 'ਚ ਸ਼ੁਭ ਸਟਰਗਲ ਵਾਲੇ ਦਿਨਾਂ ਦੇ ਵਿੱਚ ਟੈਕਸੀ ਚਲਾਉਂਦਾ ਹੁੰਦਾ ਸੀ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਸ਼ੁਭ ਬਾਈ ਨੇ ਕੋਈ ਪੋਡਕਾਸਟ ਨਹੀਂ ਕੀਤੀ ਕੋਈ ਇੰਟਰਵਿਊ ਨਹੀਂ ਕੀਤਾ ਇਸ ਕਰਕੇ ਲੋਕ ਉਹਨਾਂ ਦੀ ਪਰਸਨਲ ਲਾਈਫ ਬਾਰੇ ਬਹੁਤ ਘੱਟ ਜਾਣਦੇ ਨੇ ਬਟ ਜਿਹੜੇ ਬੰਦੇ ਸ਼ੁਭ ਦੇ ਨਾਲ ਇੰਟਰੈਕਟ ਹੋਏ ਸਨ ਉਹ ਉਹਨਾਂ ਬਾਰੇ ਕੁਝ ਇੰਜ ਦੱਸਦੇ ਨੇ ਕਿ ਸ਼ੁਭ ਤੇ ਥਿਆਰਾ ਜੱਟ ਦੀ ਜੋ ਮੀਟਿੰਗ ਹੋਈ ਸੀ ਸ਼ੁਭ ਇੱਕ ਕੈਬ ਚਲਾ ਰਿਹਾ ਸੀ ਤੇ ਪੰਜਾਬੀ ਨੇ ਉਹ ਕੈਬ ਦੇ ਵਿੱਚ ਰਾਈਡ ਬੁੱਕ ਕੀਤੀ ਉਬਰ ਕੈਬ ਬੁੱਕ ਕੀਤੀ ਤੇ ਜਿਵੇਂ ਪੰਜਾਬੀਆਂ ਦੀ ਆਦਤ ਹੁੰਦੀ ਇੱਕ ਦੂਜੇ ਨਾਲ ਇੰਟਰੋਡਕਸ਼ਨ ਕਰਨ ਦੀ ਸ਼ੁਭ ਨੇ ਉਹ ਬੰਦੇ ਨਾਲ ਇੰਟਰੋ ਕੀਤਾ ਜਿੱਦਾਂ ਹੁਣ ਆਪਾਂ ਕੈਬ 'ਚ ਜਾਣ ਪਛਾਣ ਕੱਢਣ ਲੱਪੀ ਦੀ ਉਹ ਗੱਲਾਂ ਕਰਨ ਲੱਪੇ ਤੇ ਫਿਰ ਉਹ ਰੈਂਡਮ ਪਰਸਨ ਸ਼ੁਭ ਨੂੰ ਥਿਆਰਾ ਜੱਟ ਦੇ ਸਟੂਡੀਓ ਲੈ ਗਿਆ ਮੁੰਡਾ ਪੁੱਛਦਾ ਤੁਸੀਂ ਕਿੱਥੇ ਚੱਲੇ ਹੋ ਕਹਿੰਦਾ ਮੈਂ ਆਪਣੇ ਮਿੱਤਰਾਂ ਕੋਲ ਚਲਾਉਂ 뮤직 ਕਰਦੇ ਆ ਤੇ ਉਹ ਡਰਾਈਵਰ ਸ਼ੁਭ ਸੀ ਤੇ ਉੱਥੋਂ ਜਾ ਕੇ ਵੀ ਰੋਲ ਇਨ ਟਰੈਕ ਬਣੀ ਜੋ ਕਿ ਸ਼ੁਭ ਦੇ ਕੈਰੀਅਰ ਦੀ ਵਨ ਆਫ ਦਾ ਮੋਸਟ ਸਟ੍ਰੀਮਡ ਬਿਗੇਸਟ ਟਰੈਕ ਹੈਗੀ ਮੇਰੇ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਥੱਲੇ ਕਾਲੀ ਕਾਰ ਬੈਠੇ ਕਾਰ ਵਿੱਚ ਮੇਰੇ ਚੁਣਵੇਂ ਜੇ ਯਾਰ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਮੇਰੇ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਜੈਨੂਅਲੀ ਸ਼ੁਭ ਇੱਕ ਸਟਰਗਲਰ ਹੈਗਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਇੱਥੋਂ ਗਿਆ ਕੈਨੇਡਾ 'ਚ ਉਹਨੇ ਜਾ ਕੇ ਸਟਰਗਲ ਕੀਤੀ ਨਾਲ ਆਪਣੇ ਪੈਸ਼ਨ ਨੂੰ ਆਪਣਾ ਐਂਬੀਸ਼ਨ ਬਣਾਇਆ ਮਤਲਬ ਲੋਕ ਕਹਿ ਦਿੰਦੇ ਨੇ ਕਿ ਇਹਦੀ ਕਿਸਮਤ ਸੀ ਕਿ ਗਾਣੇ ਇਹਨੇ ਚੱਲ ਗਏ ਬੜੇ ਖਤਰਨਾਕ ਲੋਕ ਬਟ ਉਹਦੀ ਸਟਰਗਲ ਤੇ ਉਹਦੇ ਹਾਰਡ ਟਾਈਮਸ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਕਿਉਂਕਿ ਉਹਨੇ ਆਪ ਤਾਂ ਦੱਸਿਆ ਨਹੀਂ ਪਰ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਸਿਰਫ ਕਿਉਂਕਿ ਕੋਈ ਵੀ ਪ੍ਰੋਜੈਕਟ ਏਡਾ ਵੱਡਾ ਬਿਨਾਂ ਵਜ੍ਹਾ ਤੋਂ ਨਹੀਂ ਹੋ ਜਾਂਦਾ ਰੱਬ ਉਹਦਾ ਹੀ ਮੁੱਲ ਮੋੜਦਾ ਜਿਹੜਾ ਮਿਹਨਤ ਕਰਦਾ ਸੋ ਵੀ ਰੋਜ਼ਿੰਦ ਸ਼ੁਭ ਦੀ ਹੋਰ ਮਲਟੀਪਲ ਹਿੱਟ ਟਰੈਕਸ ਉਹਦੀ ਸਟਰਗਲ ਤੇ ਮਿਹਨਤ ਦਾ ਨਤੀਜਾ ਨੇ ਤੇ ਅੱਜ ਸ਼ੁਭ ਵਨ ਆਫ ਦਾ ਮੋਸਟ ਸਟ੍ਰੀਮਡ ਪੰਜਾਬੀ ਆਰਟਿਸਟ ਹੈ ਉਹ ਵੀ ਕਰੀਅਰ ਦੇ ਬਹੁਤ ਹੀ ਘੱਟ ਥੋੜੇ ਜਿਹੇ ਟਾਈਮ ਦੇ ਵਿੱਚ ਕਿ ਤੁਸੀਂ ਇਮੇਜਿਨ ਕਰ ਸਕਦੇ ਜੇ ਕਿ ਇਹ ਉਹ ਕੈਬ ਡਰਾਈਵਰ ਇੱਕ ਪੰਜਾਬੀ ਬੰਦਾ ਯੂਨਾਈਟਿਡ ਨੇਸ਼ਨਸ ਦੇ ਕਿਸੇ ਆਰਗੇਨਾਈਜੇਸ਼ਨ ਦਾ ਬ੍ਰਾਂਡ ਐਂਬੈਸਡਰ ਬਣਿਆ ਹੈ ਕੈਨੇਡੀਅਨ ਸਿੰਗਰ ਸ਼ੁਭ ਹੈਜ਼ ਮੇਡ ਹਿਸਟਰੀ ਬਾਈ ਬਿਕਮਿੰਗ ਦ ਫਰਸਟ ਮਿਊਜ਼ੀਸ਼ੀਅਨ ਫਰਮ ਇੰਡੀਆ ਟੂ ਬੀ ਅਪੋਇੰਟਡ ਐਜ਼ ਦ ਫਰਸਟ ਐਵਰ ਗਲੋਬਲ ਐਂਬੈਸਡਰ ਇਤੋਂ ਪਤਾ ਲੱਗਦਾ ਕਿ ਸਟਰਗਲ ਤੇ ਮਿਹਨਤ ਦਾ ਮੁੱਲ ਰੱਬ ਨੇ ਉਹਨੂੰ ਮੋੜਤਾ ਹੈ ਅਜੇ ਹੋਰ ਵੀ ਬਾਈ ਨੇ ਬਹੁਤ ਕੁਝ ਅਚੀਵ ਕਰਨਾ ਹੈ ਕਿਉਂਕਿ ਤੁਹਾਡੇ ਵਾਸਤੇ ਸ਼ੁਭ ਬਹੁਤ ਹੀ ਵੱਡੇ ਤੋਂ ਵੱਡੇ ਸਰਪ੍ਰਾਈਜ਼ 2025 ਜਾ ਕੇ ਆ ਰਿਹਾ ਵੱਡੇ ਵੱਡੇ ਨਾਮ ਵਾਲੇ ਮਿਊਜ਼ਿਕ ਪ੍ਰੋਡਿਊਸਰ ਜਿਨ੍ਹਾਂ ਨੂੰ ਤੁਸੀਂ ਸਿੱਧੂ ਮੂਸੇ ਵਾਲੇ ਬਾਈ ਨਾਲ ਵੀ ਸੁਣ ਚੁੱਕੇ ਜੇ ਉਹਨਾਂ ਨਾਲ ਵੀ ਸ਼ੁਭ ਦੇ ਗਾਣੇ ਆਉਣੇ ਨੇ ਬਟ ਬਿਗ ਸਰਪ੍ਰਾਈਜ਼ ਨੇ 2025 ਦੇ ਜੋ ਕਿ ਆਨ ਦਾ ਵੇ ਨੇ ਕੋਈ ਸ਼ੱਕ ਨਹੀਂ ਕਰੀ ਚੈੱਕ ਨਹੀਂ ਹੁਣ ਆਪਾਂ ਸਿੱਧੂ ਐਕਸ ਬਰਨਾ ਬੋਏ ਦੀ ਰੀਇਨਕਾਰਨੇਸ਼ਨ ਟਰੈਕ ਦੀ ਗੱਲ ਕਰਦੇ ਜੋ ਕਿ ਐਕਸਪੈਕਟਡ ਆ ਕਿ 2025 ਚ ਰਿਲੀਜ਼ ਹੋ ਜਾਏ ਆਓ ਮਾਂ ਕਸਮ ਵੀ ਕਸਮ ਕਸਮ ਮੈਂ ਨਹੀਂ ਕਹਾਣੀ ਅੱਗੇ ਚੱਲ ਕੇ ਐਕਸਪਲੇਨ ਕਰ ਦਿਆਂਗਾ ਜਬ ਤੂੰ ਵੀ ਆਜ ਆਦਮੀ ਕਿਉਂਕਿ ਇਹਦੀ ਮੈਂ ਆਪਦੇ ਵੱਲੋਂ ਤਾਂ ਕੋਈ ਗਾਰੰਟੀ ਨਹੀਂ ਦਿੰਦਾ ਮੇਰਾ ਕੰਮ ਹੈ ਅਪਡੇਟਸ ਲੈਣਾ ਉਹ ਵੀ ਸੋਸ਼ਲ ਮੀਡੀਆ ਤੋਂ ਕੱਟ ਕੇ ਜਿੱਥੋਂ ਜਿੱਥੋਂ ਕੋਈ ਚੀਜ਼ ਮੈਨੂੰ ਲੱਭਦੀ ਮੈਂ ਤੁਹਾਡੇ ਮੂਹਰੇ ਪ੍ਰੈਜ਼ੈਂਟ ਕਰ ਦੇਣਾ ਕੋਸ਼ਿਸ਼ ਇਹ ਵੀ ਹੁੰਦੀ ਕਿ ਆਥੈਂਟਿਕ ਹੋਵੇ ਠੀਕ ਹੈ ਸੋ ਐਵੇਂ ਇੱਕ ਸਿੱਧੂ ਮੂਸੇ ਬਾਈ ਦੇ ਵੀਅਰ ਪ੍ਰੈਜ਼ੈਂਟ ਕਰਨ ਵਾਲੇ ਪੇਜ ਦੇ ਵੱਲੋਂ ਹਿੰਟ ਦਿੱਤਾ ਗਿਆ ਇੰਸਟਾਗ੍ਰam ਸਟੋਰੀ ਜਾਣਦਿਆਂ ਕਿ ਬਰਨਾ ਬੋਏ ਤੇ ਸਿੱਧੂ ਮੂਸੇ ਵਾਲੇ ਬਾਈ ਦੀ ਰੀਬਰਥ ਟਰੈਕ 2025 ਚ ਪੋਸੀਬਲ ਹੈ
ਹੁਣ ਆਪਾਂ ਐਂਡ ਤੇ ਗੱਲ ਕਰ ਰਹੇ ਨੇ ਸਿੱਧੂ ਮੂਸੇ ਦੇ 22 ਦਾ ਕਿੱਟ ਦਾ ਜਿਹੜਾ 2025 ਚ ਗਾਣਾ ਆਣਾ ਉਹਦਾ ਇੱਕ ਫੈਨ ਮੇਡ ਪੋਸਟਰ ਵੀ ਰਿਲੀਜ਼ ਕੀਤਾ ਗਿਆ ਗੁੱਡ ਹੋ ਗਿਆ ਜੀ ਜਿਹਨੂੰ ਕਿ ਟੀਮ ਮੂਸਾ ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ਤੇ ਵੀ ਸ਼ੇਅਰ ਕੀਤਾ ਗਿਆ ਜਿਹਦੇ ਤੁਸੀਂ ਸਾਫ ਵੇਖ ਸਕਦੇ ਕਿ 1947 ਸੌਂਗ ਦਾ ਟਾਈਟਲ ਹੈ ਤੇ ਵਿੱਚ ਕਿੱਟ ਦਾ ਮਿਊਜ਼ਿਕ ਸੁਣਨ ਨੂੰ ਮਿਲੇਗਾ ਜਿੱਥੋਂ ਕਿ ਟੀਮ ਮੂਸਾ ਦਾ ਪੇਜ ਇਹ ਹਿੰਟ ਦੇ ਰਿਹਾ ਕਿ ਸਿੱਧੂ ਮੂਸੇਵਾਲੇ ਦਾ ਕਿੱਟ ਦਾ ਜਿਹੜਾ ਗਾਣਾ 2025 ਚ ਆਉਣਾ ਹੈ ਉਹ ਹਿਸਟੋਰੀਕਲ ਗਾਣਾ ਹੋਏਗਾ ਯਾਨੀ ਕਿ ਹਿਸਟਰੀ ਬੇਸ ਪੰਜਾਬ ਦੀਆਂ ਗੱਲਾਂ ਉਹਦੇ ਚ ਆਪਾਂ ਨੂੰ ਸੁਣਨ ਨੂੰ ਮਿਲਣਗੀਆਂ ਸੋ ਵੇਖਨੇ 2025 ਸਿੱਧੂ ਮੂਸੇਵਾਲੇ ਬਾਈ ਦੇ ਕਿਹੜੇ ਕਿਹੜੇ ਪ੍ਰੋਜੈਕਟਸ ਆਪਾਂ ਨੂੰ ਸੁਣਨ ਨੂੰ ਮਿਲਦੇ ਨੇ ਆ ਸੁਣ ਹਾਉ 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 ਬੰਦੇ ਤਾਂ ਮੈਂ ਜਾਂ ਮੈਂ